अस्सलाम वालेकुम। होस्टल तो छुट्टियां होने तो बाद असी आए वापस अपने पिंड ते असी सोचिया बेले वहन तो चंगा है कि असी अपने जमीना दा चक्कर ही लाइए। फिर थोड़ियां बहुत वजाहतां देन तो बाद असी भूआ दे मिंता तरले कीते कि चलो यार मरबे दा गेड़ा गुड़ा मारे होने आ, उठो चलिए। बसंती नूं टाकियां छाकियां मारन तो बाद असी फिर आपदे घरों बाहर कढ़िया ते जाण दीआं तैयारियां फड़ियां। फिर ऐतल कुर्सी पढ़ के असी गड्डी च लद हो गए क्योंकि गड्डी नूं साडी निक्की भैण चला रही सी जिहड़ी हले कच्ची ड्राइवर आ। ते असां ऐतल कुर्सी पढ़ ली ते घर दस दिता कि भाई आण दीआं कोई उम्मीदां नहीं, जाण दीआं तां है। मेरी मम्मा ने मेनू एक मसम्मी दिता। एक मसम्मी खान तो बाद असी सारिया ने मुरब्बे दा एक टूर कीता। तै टूर सी तुहानू भी नाल नाल कराने आ। ਅਸੀਂ ਤਿੰਨਾਂ ਨੇ ਸੋਚਿਆ ਜੇ ਅਸੀਂ ਆਏ ਹੀ ਆ ਫਿਰ ਅਸੀਂ ਨਾਲ ਲਿਜਾਣ ਨੂੰ ਦੋ ਚਾਰ ਛੱਲੀਆਂ ਹੀ ਤੋੜ ਲਈਏ। ਫਿਰ ਅਸੀਂ ਵਾਹ ਵਾਹ ਛੱਲੀਆਂ ਤੋੜੀਆਂ, ਇਧਰੋਂ ਤੋੜੀਆਂ ਉਧਰੋਂ ਤੋੜੀਆਂ, ਕੋਈ ਕੱਚੀਆਂ ਛੱਲੀਆਂ ਤੋੜੀਆਂ, ਕੋਈ ਪੱਕੀਆਂ ਛੱਲੀਆਂ ਤੋੜੀਆਂ, ਵਾਹ ਵਾਹ ਛੱਲੀਆਂ ਤੋੜ ਲਈਆਂ। ਤੇ ਤੋੜ ਕੇ ਅਸੀਂ ਝੋਲੀਆਂ ਝਾਲੀਆਂ ਭਰ ਲਈਆਂ ਤੇ ਅਸੀਂ ਫਿਰ ਛੱਲੀਆਂ ਵੰਡ ਕੇ ਆਪਦੇ ਰਾਹਾਂ ਨੂੰ ਤੁਰੇ। ਮੇਰੀ ਭੈਣ ਨੇ ਹੱਥ ਪੈਰ ਧੋ ਕੇ ਛੱਲੀਆਂ ਭੁੰਨਣ ਦਾ ਪਲਾਨ ਬਣਾਇਆ, ਲੇਕਿਨ ਇੱਥੇ ਭੂਆ ਨੂੰ ਠੰਡ ਲੱਗ ਲੱਗ ਕੇ ਕੋਈ ਹਾਲ ਨਹੀਂ ਸੀ। ਜੇ ਉਹਨੂੰ ਬੁਖਾਰ ਚੜ੍ਹ ਜਾਂਦਾ ਤਾਂ ਘਰੋਂ ਸਾਨੂੰ ਗਾਲਾਂ ਪੈਣੀਆਂ ਸੀ, ਇਸ ਲਈ ਕਿ ਅਸੀਂ ਕਿਸੇ ਤੋਂ ਗਾਲਾਂ ਗਵਾਚਾ ਖਾਈਏ ਅਸੀਂ ਘਰ ਨੂੰ ਰਵਾਨਾ ਹੋਣ ਦਾ ਪਲਾਨ ਬਣਾਇਆ। ਜੇ ਤੁਸੀਂ ਇੰਝ ਦੀਆਂ ਨਵੀਆਂ ਨਵੀਆਂ ਗੱਲਾਂ ਸਿੱਖਣੀਆਂ ਵਾ ਤੇ ਤੁਸੀਂ ਸਾਨੂੰ ਫੋਲੋ ਕਰੋ ਤੇ ਵਲੌਗ ਨੂੰ ਅੱਗੇ ਸ਼ੇਅਰ ਕਰੋ। ਅਸੀਂ ਹੁਣ ਆਪਦੇ ਘਰ ਨੂੰ ਵਾਪਸ ਰਵਾਨਾ ਹੋਈਏ ਤਾਂ ਕਿ ਸਾਨੂੰ ਕੋਈ ਗਾਲਾਂ ਨਾ ਘਰੋਂ ਪੈਣ।